ਦੋਸਤੋ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਹੀ ਸੁਹਾਵਣਾ ਮੌਸਮ ਨਿਊਯਾਰਕ ਦਾ ਔਰ ਹਿਕਸਵਿਲ ਦੇ ਵਿੱਚ ਇਸ ਵੇਲੇ ਅਸੀਂ ਖੜ੍ਹੇ ਹਾਂ, ਔਰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ 29 ਦੇ ਸਮੇਂ ਦੇ ਵਿੱਚ ਪੰਜਾਬੀ ਭੈਣ ਭਰਾ, ਖਾਸ ਤੌਰ 'ਤੇ ਨੌਜਵਾਨ ਪੰਜਾਬੀ ਭੈਣ ਭਰਾ ਜਿਹੜੇ ਨੇ ਉਹ ਤਰੱਕੀ ਦੀਆਂ ਬੁਲੰਦੀਆਂ ਦੇ ਉੱਤੇ ਚੜ੍ਹਦੇ ਨੇ, ਅੱਜ ਵਿਦੇਸ਼ ਦੀ ਧਰਤੀ ਦੇ ਉੱਤੇ ਪੰਜਾਬੀਆਂ ਨੇ ਆਪਣੇ ਕਾਰੋਬਾਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮੱਲਾਂ ਮਾਰ ਕੇ ਆਪਣਾ ਨਾਮ ਰੌਸ਼ਨ ਕੀਤਾ, ਔਰ ਮੈਂ ਸਮਝਾਂਗਾ ਕਿ ਕਾਰੋਬਾਰ ਦੀ ਦੁਨੀਆ ਦੇ ਵਿੱਚ ਅੱਜ ਇੱਥੇ ਦੇ ਮੂਲ ਨਿਵਾਸੀ ਵੀ ਇਸ ਗੱਲ ਤੋਂ ਹੈਰਾਨਗੀ ਪ੍ਰਗਟ ਕਰਦੇ ਨੇ ਕਿ ਇਸ ਸੱਭਿਆਚਾਰ ਦੇ ਵਿੱਚ ਬਾਹਰੋਂ ਆ ਕੇ ਪੰਜਾਬ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਮਿਹਨਤ ਕੀਤੀ ਕਿ ਉਹ ਇਸ ਸੱਭਿਆਚਾਰ ਦੇ ਵਿੱਚ ਨਹੀਂ ਸਗੋਂ ਇੱਥੇ ਦੇ ਕਾਰੋਬਾਰ ਅਤੇ ਇੱਥੇ ਦੇ ਬਿਜ਼ਨਸ ਦੇ ਰੰਗ ਦੇ ਵਿੱਚ ਰੰਗੇ ਗਏ। ਅਜਿਹਾ ਹੀ ਇੱਕ ਨਾਮ ਹੈ, ਕਹਿੰਦੇ ਸਿਆਣੇ ਕਹਿੰਦੇ ਨੇ ਕਿ ਜਦੋਂ ਵੀ ਕੋਈ ਵਿਅਕਤੀ ਜਿਹੜਾ ਪੌੜੀਆਂ ਚੜ੍ਹਦਾ, ਛੋਟੀਆਂ ਛੋਟੀਆਂ ਪੌੜੀਆਂ ਚੜ੍ਹਦਾ, ਔਰ ਛੋਟੀਆਂ ਪੌੜੀਆਂ ਤੋਂ ਬਾਅਦ ਵੱਡੀਆਂ ਪਲਾਂਘਾਂ ਅਤੇ ਫਿਰ ਸਰਪਟ ਦੌੜਦੀਆਂ ਸੜਕਾਂ ਅਤੇ ਚੁਰਾਹਿਆਂ ਦੇ ਵਿੱਚ ਉਹ ਸ਼ਾਮਿਲ ਹੋ ਜਾਂਦਾ, ਅਜਿਹਾ ਨਾਮ ਹੈ ਟੋਨੀ ਦਾ। ਟੋਨੀ ਨੇ ਇੱਕ ਕਿਸੇ ਦੁਕਾਨ ਦੇ ਉੱਤੇ ਕੰਮ ਕਰਨ ਤੋਂ ਜਿਹੜਾ ਸੀ ਉਹ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਅੱਜ ਇਸ ਮੁਕਾਮ 'ਤੇ ਪਹੁੰਚ ਗਿਆ ਕਿ ਇੰਡੀਅਨ ਸਟੋਰ ਤੋਂ ਬਾਅਦ ਕੀ ਫੂਡ ਵਰਗੀਆਂ ਚੇਨਸ ਦੇ ਨਾਲ ਕੰਮ ਕਰਨ ਤੋਂ ਬਾਅਦ ਹਿਕਸਵਿਲ, ਜਿਹੜਾ ਕਿ ਬਹੁਤ ਹੀ ਹਾਈ ਪ੍ਰੋਫਾਈਲ ਏਰੀਆ ਜਿੱਥੇ ਭਾਰਤੀ ਵੀ ਬਹੁਤ ਹਾਈ ਕਲਾਸ ਵੱਸਦੇ ਨੇ ਔਰ ਦੂਜੇ ਮੂਲ ਦੇ ਲੋਕ ਵੀ ਵੱਸਦੇ ਨੇ, ਔਰ ਅੱਜ ਇੱਕ ਨਵੀਂ ਕਿਸਮ ਦਾ ਸਟੋਰ ਜਿਹੜਾ ਤੁਸੀਂ ਦੇਖ ਰਹੇ ਹੋ, ਫੂਡ ਯੂਨੀਵਰਸ ਮਾਰਕੀਟ ਪਲੇਸ ਜਿਹੜੀ ਹੈ ਉਹ ਉਸ ਨੇ ਖੋਲ੍ਹੀ ਹੈ, ਔਰ ਇਸ ਸਟੋਰ ਦੇ ਅੰਦਰ ਜਦੋਂ ਅਸੀਂ ਜਾਵਾਂਗੇ ਤਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੰਦਰ ਦਾ ਨਜ਼ਾਰਾ, ਕੁਆਲਿਟੀ ਔਰ ਸੈਟਿੰਗ ਜਿਹੜੀ ਹੈ ਮੈਂ ਕਿਸੇ ਵਿਦੇਸ਼ੀ ਸਟੋਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਨਹੀਂ ਦੇਖੀ। ਕਿਉਂਕਿ ਸਿਆਣੇ ਕਹਿੰਦੇ ਨੇ ਕਿ ਕੰਮ ਹਰ ਕੋਈ ਕਰ ਸਕਦਾ, ਪਰ ਉਸ ਕੰਮ ਨੂੰ ਕਿਸ ਢੰਗ ਦੇ ਨਾਲ ਕਰਨਾ ਇਹ ਬਹੁਤ ਵੱਡੀ ਗੱਲ ਹੈ। ਜਦੋਂ ਫਰੂਟਸ ਜਾਂ ਸਬਜ਼ੀਆਂ ਦੇ ਸੈਕਸ਼ਨ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਉੱਥੋਂ ਇਹ ਪਤਾ ਲੱਗਦਾ ਕਿ ਅਸੀਂ ਕਿਸ ਤਰ੍ਹਾਂ ਦੀ ਕੁਆਲਿਟੀ ਨੂੰ ਮੇਨਟੇਨ ਕਰਕੇ ਅਸੀਂ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਦੱਸਣਾ ਕਿ ਫਲਾਣੀ ਸਟੋਰ ਦੇ ਉੱਤੇ ਜਾਓ, ਉੱਥੇ ਇਸ ਕਿਸਮ ਦੀ ਕੁਆਲਿਟੀ ਹੈ। ਕਿਉਂਕਿ ਕੁਆਲਿਟੀ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜੀ ਇਨਸਾਨ ਦੀ ਨੀਅਤ ਨੀਤੀ ਤੋਂ ਲੈ ਕੇ, ਮੈਂ ਸਮਝਾਂਗਾ ਕਿ ਜਿਹੜੀ ਚੀਜ਼ ਨੂੰ ਉਹ ਪੇਸ਼ ਕਰਦਾ, ਜਿਹੜੀ ਚੀਜ਼ ਨੂੰ ਉਹ ਵੇਚਦਾ, ਉੱਥੇ ਤੱਕ ਵੀ ਉਸ ਦਾ ਨਾਂ ਜਾਂਦਾ। ਅੱਜ ਵਿਦੇਸ਼ ਦੀ ਦੁਨੀਆ ਦੇ ਵਿੱਚ ਜੇਕਰ ਸਿਰਫ ਚੀਜ਼ ਦਾ ਮੁੱਲ ਹੈ ਤਾਂ ਉਹ ਕੁਆਲਿਟੀ ਵਾਈਜ਼ ਹੈ। ਚੰਦ ਮਿੰਟਾਂ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਉਸ ਸਟੋਰ ਦੇ ਅੰਦਰ ਜਿੱਥੇ ਉਸ ਦੇ ਓਨਰ ਨੌਜਵਾਨ ਮਿਸਟਰ ਟੋਨੀ ਉਹ ਹੋਣਗੇ, ਔਰ ਅਸੀਂ ਸਟੋਰ ਦੀ ਅੰਦਰਲੀ ਸੈਟਅਪ ਔਰ ਇਸ ਮੁਕਾਮ ਤੱਕ ਪਹੁੰਚਣ ਦੀ ਗੱਲ ਜਿਹੜੀ ਹੈ ਉਹਨਾਂ ਨਾਲ ਕਰਾਂਗੇ, ਔਰ ਕਿਸ ਤਰ੍ਹਾਂ ਦੀ ਉਹ ਸਾਰੇ ਭਾਈਚਾਰਿਆਂ ਨੂੰ ਵਚਨਬੱਧਤਾ ਦਿੰਦੇ ਨੇ ਕਿ ਹਰ ਇੱਕ ਭਾਈਚਾਰੇ ਦਾ ਸਮਾਨ ਜਿਹੜਾ ਹੈ ਉਹਨਾਂ ਦੇ ਇਸ ਸੁਪਰ ਸਟੋਰ ਦੇ ਵਿੱਚੋਂ ਮਿਲੇਗਾ, ਵਚਨਬੱਧਤਾ ਲੈਂਦੇ ਹਾਂ। ਆਓ ਲੈ ਚੱਲਦੇ ਹਾਂ ਤੁਹਾਨੂੰ ਸਟੋਰ ਦੇ ਅੰਦਰ। ਟੋਨੀ ਜੀ, ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਏਡਾ ਵੱਡਾ ਸਟੋਰ ਖੋਲ੍ਹਣ ਵਾਸਤੇ। ਤੁਹਾਡਾ ਤਜ਼ਰਬਾ ਇੰਨਾ ਹੋ ਗਿਆ ਕਿ ਮੈਂ ਸਮਝਾਂਗਾ ਕਿ ਕੋਈ ਸ਼ਬਦ ਨਹੀਂ ਕਹਿਣ ਵਾਲੇ, ਪਰ ਜਦੋਂ ਸਟੋਰ ਦੇ ਅੰਦਰ ਆ ਕੇ ਦੇਖਿਆ, ਇੱਕ ਤਾਂ ਇਹਦਾ ਡਿਫਰੈਂਟ ਨਾਮ ਹੈ ਔਰ ਇੱਕ ਇਹਦਾ ਸਾਰੀਆਂ ਕਮਿਊਨਿਟੀਆਂ ਵਾਸਤੇ ਮੈਂ ਜਿਹੜੀ ਇਹਦੇ ਅੰਦਰ ਕੁਆਲਿਟੀ ਦੇਖੀ ਹੈ ਔਰ ਇੱਕ ਵਰਾਇਟੀ ਦੇਖੀ ਹੈ ਉਹ ਬਹੁਤ ਵੱਡੀ ਗੱਲ ਹੈ। ਪਰ ਮੈਂ ਸਮਝਾਂਗਾ ਕਿ ਜਿਹੜੀ ਫਰੈਸ਼ ਮਾਰਕੀਟ ਦੀ ਗੱਲ ਕੀਤੀ ਹੈ, ਹਰ ਇੱਕ ਚੀਜ਼ ਇੰਨੀ ਕੁ ਫਰੈਸ਼ ਦਿਸਦੀ ਹੈ ਕਿ ਇਹ ਇਸ ਕੁਆਲਿਟੀ ਨੂੰ ਕਿਵੇਂ ਮੇਨਟੇਨ ਕਰੋਗੇ ਜਿਹੜੀ ਅੱਜ ਦਿਖਾਈ ਦੇ ਰਹੀ ਹੈ? ਪਹਿਲਾਂ ਤਾਂ ਥੈਂਕ ਯੂ ਰਿਆਜ਼ ਸਾਹਿਬ, ਤੁਸੀਂ ਆਏ ਔਰ ਤੁਹਾਡੀ ਸਾਰੀ ਟੀਮ ਆਈ ਤੁਹਾਨੂੰ ਕਵਰ ਕਰਨ ਲਈ। ਇਹ ਅਸੀਂ ਇੱਕ ਮੈਂ ਨਵਾਂ ਕੰਸੈਪਟ ਕੀਤਾ ਸੀ ਅਮੈਰੀਕਨ ਸੁਪਰ ਮਾਰਕੀਟਸ ਦਾ, ਅਤੇ ਇਹ ਕੀ ਫੂਡ ਕਾਰਪੋਰੇਟਿਵ ਜਿਹੜੇ ਹੈਗੇ ਨੇ ਹੈਡਸ ਉਹਨਾਂ ਦੇ ਅੰਡਰ ਇਹਨਾਂ ਦਾ ਫਰੈਂਚਾਈਜ਼ ਸਟੋਰ ਹੈ, ਅਤੇ ਇਹਦੇ ਵਿੱਚ ਅਸੀਂ ਬੇਸਿਕਲੀ ਕਵਰ ਕਰ ਰਹੇ ਹਾਂ ਥਰੂ ਆਊਟ ਜਿੱਦਾਂ ਬੀਜੇਜ਼ ਔਰ ਕਾਸਕੋਸ ਦੇ ਵਿੱਚ ਅਮੈਰੀਕਨ ਫੂਡ ਆ ਸਾਰਾ, ਉਸ ਤਰੀਕੇ ਨਾਲ ਇਹ ਸਾਰਾ ਫੂਡ ਇਹਦੇ 'ਚ ਪ੍ਰੋਵਾਈਡ ਹੋਏਗਾ ਔਰ ਸਾਰੀਆਂ ਡੀਲਸ ਉੱਦਾਂ ਹੀ ਪ੍ਰੋਵਾਈਡ ਹੋਣਗੀਆਂ, ਔਰ ਫਰੂਟ ਔਰ ਜਿੰਨਾ ਔਰਗੈਨਿਕ ਸਟੱਫ ਆ ਉਹ ਇਹਦੇ 'ਚ ਸਾਰਾ ਅਸੀਂ ਮੈਕਸੀਮਮ ਕਵਰ ਕਰ ਰਹੇ ਹਾਂ ਇਸ ਨੇਬਰਹੁੱਡ ਦੇ ਲਈ, ਕਿਉਂਕਿ ਹੋਲ ਫੂਡਸ ਤੋਂ ਇਲਾਵਾ ਜਾਂ ਟ੍ਰੇਡਰਸ ਜੋਸ ਤੋਂ ਇਲਾਵਾ ਇੱਥੇ ਔਰਗੈਨਿਕ ਮਾਰਕੀਟ ਨਹੀਂ ਸੀਗੀ। ਨਹੀਂ ਹੈ, ਠੀਕ ਹੈ। ਅਤੇ ਇਹਨਾਂ ਨੂੰ ਅਸੀਂ ਦੇਖਦੇ ਹੋਏ ਔਰ ਇੱਥੋਂ ਲੌਂਗ ਆਈਲੈਂਡ ਦੇ ਵਿੱਚ ਮੈਂ ਕਾਫੀ ਦੇਰ ਤੋਂ ਰਹਿ ਰਿਹਾ ਸੀ ਔਰ ਮੈਂ ਇੱਥੇ ਕੰਮ ਵੀ ਕੀਤਾ ਔਰ ਮੇਰਾ ਪਹਿਲਾਂ ਦਾ ਐਕਸਪੀਰੀਅੰਸ ਵੀ ਜਿਹੜਾ ਸੀਗਾ
ਉਹਦੇ ਅਕੋਰਡਿੰਗ ਜਿਹੜੀ ਇੱਥੋਂ ਦੀ ਕਮਿਊਨਿਟੀ ਸੀਗੀ ਉਹ ਕੀ ਜ਼ਿਆਦਾ ਪਸੰਦ ਕਰਦੀ ਆ, ਉਸ ਨੂੰ ਮੈਂ ਬਣਾ ਕੇ ਚੈੱਕ ਕਰਕੇ ਸਾਰਾ ਹੁਣ ਇਹ ਕਨਸੈਪਟ ਓਪਨ ਕੀਤਾ ਵਾ। ਟੋਨੀ ਜੀ, ਮੈਂ ਇੱਕ ਦੇਖਿਆ ਕਿ ਜਦੋਂ ਸਾਡਾ ਕੋਈ ਵੀ ਇੰਡੀਅਨ ਬੰਦਾ ਆ, ਉਹ ਸਿਰਫ ਇਹ ਕਹਿੰਦਾ ਕਿ ਮੈਂ ਬਹੁਤ ਵੱਡਾ ਇੰਡੀਅਨ ਸਟੋਰ ਖੋਲ੍ਹ ਲਿਆ, ਮੈਂ ਬਹੁਤ ਵੱਡਾ ਇੰਡੀਅਨ ਸਟੋਰ ਖੋਲ੍ਹ ਲਿਆ। ਪਰ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਨਾਲ ਨਾਲ ਆਪਾਂ ਚੱਲਦੇ ਜਾਂਦੇ ਹਾਂ ਨਾਲ, ਕਿਉਂਕਿ ਅਸੀਂ ਦੇਖਦੇ ਵੀ ਹਾਂ, ਕਿਉਂਕਿ ਮੈਂ ਇਹ ਗੱਲ ਦੇਖੀ ਹੈ ਕਿ ਜੇਕਰ ਕੋਈ ਇੰਡੀਅਨ ਭੈਣ ਭਰਾ ਜਿਹੜਾ ਹੈ ਉਹ $200 ਦੀ 15 ਦਿਨਾਂ ਬਾਅਦ ਗਰੋਸਰੀ ਜਿਹੜੀ ਆ ਉਹ ਸਿਰਫ ਇੰਡੀਅਨ ਸਟੋਰ ਤੋਂ ਆਪਣੀ ਲੈ ਕੇ ਆਉਂਦਾ ਹੈਗਾ, ਠੀਕ ਹੈ ਨਾ ਜੀ, ਤਾਂ ਉਸ ਤੋਂ ਬਾਅਦ ਉਹ $250 ਦੀ ਗਰੋਸਰੀ ਜਿਹੜੀ ਆ ਦੂਸਰੇ ਸੁਪਰ ਮਾਰਕੀਟ ਜਿਹੜੇ ਆ ਉਹਨਾਂ ਦੇ ਉੱਤੋਂ ਲੈ ਕੇ ਆਉਂਦਾ, ਕਿਉਂਕਿ ਇੱਥੇ ਦੀਆਂ ਜ਼ਰੂਰਤਾਂ ਇਹਨਾਂ ਚੀਜ਼ਾਂ ਨਾਲ ਬੱਝੀਆਂ ਹੋਈਆਂ ਨੇ। ਹਾਂਜੀ ਬਿਲਕੁਲ ਰਿਆਜ਼ ਸਾਹਿਬ, ਇਹ ਬਿਲਕੁਲ ਠੀਕ ਹੈ, ਕਿਉਂਕਿ ਜਿਹੜੀ ਸਾਡੇ ਅੱਗੇ ਹੁਣ ਸਾਡੀ ਅਗਲੀ ਜਨਰੇਸ਼ਨ ਆ, ਜਿੱਦਾਂ ਬੱਚੇ ਨੇ, ਉਹ ਜਿਹੜਾ ਉਹਨਾਂ ਦਾ ਫੂਡ ਆ, ਜਿਹੜੇ ਉਹਨਾਂ ਦੇ ਜੂਸਿਸ ਆ, ਉਹਨਾਂ ਦੇ ਹੋਰ ਇਹਨਾਂ ਦਾ ਕੋਈ ਬ੍ਰੈਕਫਾਸਟ ਫੂਡਸ ਹੈਗੇ ਆ, ਫਾਸਟ ਫੂਡ ਹੈਗੇ, ਉਹ ਸਾਰੇ ਆਪਾਂ ਇਹਨਾਂ ਸਟੋਰਾਂ ਤੋਂ ਲੈਂਦੇ ਸੀਗੇ। ਸੋ ਉਹ ਮੈਂ ਇਹਦੇ ਨਾਲ ਕੈਪਚਰ ਕੀਤੇ ਆ ਕਿ ਬਈ ਮੈਂ ਇਹਨਾਂ ਨੂੰ ਔਰਗੈਨਿਕ ਸਮਾਨ ਦੇ ਨਾਲ ਨਾਲ ਸਾਰਾ ਉਹ ਫੂਡ ਦੇਵਾਂ ਜਿਹੜਾ ਇਹ ਆਪਣੀ ਕਮਿਊਨਿਟੀ ਜਿਹੜੀ ਆ ਦੂਸਰੇ ਸਟੋਰਾਂ ਤੋਂ ਲੈਣ ਜਾਂਦੀ ਹੈ। ਈਵਨ ਟੈਲ ਮੈਂ ਸਮਝਾਂਗਾ ਕਿ ਨੈਪਕਿਨ, ਟੋਇਲਟ ਪੇਪਰ, ਲਾਟ ਆਫ ਸਟੱਫ, ਵਾਟਰ, ਮਤਲਬ ਸਾਡੀਆਂ ਉਹ ਨਸੈਸਿਟੀਆਂ ਜਿਹੜੀਆਂ ਉਹ ਬਣ ਗਈਆਂ। ਟੋਨੀ ਜੀ, ਅੱਜ ਇੱਕ ਨਵਾਂ ਕਲਚਰ ਚੱਲਿਆ ਕਿ ਸ਼ੋਪਰਾਈਟ ਤਰਜ਼ ਦੇ ਉੱਤੇ ਉੱਡਾ ਹੀ ਤੁਹਾਡਾ ਸਟੋਰ ਹੈ, ਫਰੈਸ਼ ਮੀਟ ਹੈ ਤੁਹਾਡੇ ਕੋਲ ਸਾਰਾ ਕੁਛ, ਕਿ ਉਸ ਤਰਜ਼ ਦੇ ਉੱਤੇ ਇੱਕ ਗੱਲ ਬੜੀ ਵੱਡੇ ਪੱਧਰ 'ਤੇ ਆਈ ਕਿ ਲੋਕ ਜਿਹੜੇ ਨੇ ਉਹ ਘਰਾਂ ਦੇ ਵਿੱਚ ਡਿਸਟ੍ਰੀਬਿਊਟ ਕਰਨ ਲੱਗ ਗਏ ਨੇ। ਕੋਈ ਇੱਦਾਂ ਦਾ ਵੀ ਰੱਖੋਗੇ ਕਿ ਵੱਡਾ ਔਡਰ ਜਿਹੜਾ ਤੁਸੀਂ ਕਿਸੇ ਦੇ ਡਿਸਟ੍ਰੀਬਿਊਟ ਕਰ ਸਕਦੇ ਹੋ, ਡਿਲੀਵਰ ਕਰ ਸਕਦੇ ਹੋ? ਹਾਂਜੀ, ਡਿਲੀਵਰੀ ਸਿਸਟਮ ਹੋਏਗਾ ਡੈਫੀਨੇਟਲੀ, ਅਸੀਂ ਇਹ ਸ਼ੁਰੂ ਕਰ ਰਹੇ ਹਾਂ ਕਿ ਉਹ ਸਾਡੇ ਜਿਹੜੇ ਕੀ ਫੂਡ ਦੇ ਅੰਡਰ ਕੋਈ 278 ਸਟੋਰਸ ਆਉਂਦੇ ਆ ਔਰ ਕਾਫੀ ਸਾਰੇ ਸਟੋਰਾਂ ਦੇ ਵਿੱਚ ਇਹ ਫੈਸਿਲਿਟੀ ਅਵੇਲੇਬਲ ਹੈਗੀ ਆ। ਸੋ ਅਸੀਂ ਵੀ ਇਹਨੂੰ ਜਾਰੀ ਰੱਖਾਂਗੇ ਅੱਗੇ। ਸੋ ਇੱਕੀ ਫੂਡ ਚੇਨ ਦੀ ਪਾਲਿਸੀ ਦੇ ਨਾਲ ਹੀ ਇਹ ਸਟੋਰ ਚੱਲੇਗਾ ਬਕਾਇਦਾ ਤੌਰ ਦੇ ਉੱਤੇ? ਇਹ ਸਿੰਗਲ ਓਨਰ ਓਪਰੇਟਰ ਸਟੋਰਸ ਹੁੰਦੇ ਆ, ਪਰ ਇਹ ਹੈ ਕਿ ਬਈ ਸਾਡੇ ਜਿਹੜੇ ਜਿੱਦਾਂ ਅਮੈਰੀਕਨ ਡੀਲਸ ਹੁੰਦੀਆਂ ਨੇ ਸਾਰੀਆਂ, ਇਹ ਉਹਨਾਂ ਤੋਂ ਬਿਨਾਂ ਪੋਸੀਬਲ ਨਹੀਂ ਆ। ਸੋ ਅਸੀਂ ਜਿਹੜੇ ਡੀਲਸ ਪ੍ਰੋਵਾਈਡ ਕਰਦੇ ਹਾਂ, ਜਿੱਦਾਂ ਹੁਣ ਵੀਜ਼ੇਸ ਕਹਿ ਲਓ ਤੁਸੀਂ, ਤਾਂ ਬਈ ਵੀਜ਼ੇ ਦੇ ਵਿੱਚ ਜਿਹੜਾ ਅਸੀਂ ਜੇ ਬਾਰਡਰ ਕੇਸਿਸ ਲੈਣ ਜਾਂਦੇ ਹਾਂ ਜਾਂ ਕੋਈ ਚੀਜ਼ ਜਾਂਦੇ ਹਾਂ, ਅਤੇ ਜੇ ਅਸੀਂ ਇੰਡੀਵਿਜੁਅਲ ਇੰਡੀਅਨ ਸਟੋਰ ਵੇਚਦੇ ਹਾਂ ਤਾਂ ਉਹ ਵੇਚਦੇ ਹਾਂ $10 ਦਾ ਇੱਕ ਕੇਸ, $10 ਆ ਕੇਸ, ਇੱਥੇ ਤੁਹਾਨੂੰ ਮਿਲਣੇ ਆ 3 cases for $10। ਸੋ ਉਹਦੇ ਕਰਕੇ ਜਿਹੜੀਆਂ ਇਹ ਜਿਹੜੀਆਂ ਡੀਲਸ ਨੇ ਇਸੇ ਕਰਕੇ ਪੋਸੀਬਲ ਹੁੰਦੀਆਂ ਨੇ, ਬਿਕੋਜ਼ ਇਹ ਕੋਪ ਦੇ ਅੰਦਰ ਇੱਕ ਸਟੋਰਸ ਹੁੰਦੇ ਆ। ਸੋ ਇਹ ਕੋਪ ਫੈਮਿਲੀਜ਼ ਹੁੰਦੀਆਂ ਨੇ ਅਤੇ ਇਹ ਮੇਨਟੇਨ ਰੱਖਦੇ ਆ ਆਪਣੇ ਲੈਵਲ ਨੂੰ, ਮੇਨਟੇਨ ਰੱਖਦੇ ਆ ਕੁਆਲਿਟੀ ਨੂੰ, ਫਰੈਸ਼ਨੈਸ ਨੂੰ। ਟੀਮਸ ਹੁੰਦੀਆਂ, ISC ਟੀਮਸ ਜਿਹੜੀਆਂ ਹੈਲਪ ਕਰਦੀਆਂ ਨੇ ਹਰ ਮੌਕੇ ਦੇ ਉੱਤੇ। ਸੋ ਇਹ ਉਹਦੇ ਨਾਲ ਇਹ ਕੀਤਾ ਜਾਂਦਾ। ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਜਿਹੜੇ ਕਾਰਪੋਰੇਟਡ ਜਿੰਨੇ ਵੀ ਬੰਦੇ ਆਏ ਆ ਉਹਨਾਂ ਦੇ ਨਾਲ ਮਿਲਾਓਗੇ ਅਤੇ ਅਸੀਂ ਉਹਨਾਂ ਨੂੰ ਇੱਕ ਇੱਕ ਸਵਾਲ ਕਰਾਂਗੇ ਜ਼ਰੂਰ, ਕਿਉਂਕਿ ਮੇਰਾ ਖਿਆਲ ਹੈ ਕਿ ਮੋਸਟ ਪ੍ਰੋਬੇਬਲੀ ਕੀ ਫੂਡ ਦਾ ਬਹੁਤ ਘੱਟ ਐਕਸਪੀਰੀਅੰਸ ਹੋਏਗਾ ਕਿ ਇੰਡੀਅਨਸ ਦੇ ਨਾਲ ਕੰਮ ਕਰਨ ਦਾ। ਪਰ ਮੇਰਾ ਖਿਆਲ ਹੈ ਕਿ ਜਿਸ ਢੰਗ ਦੇ ਨਾਲ ਤੁਸੀਂ ਇਸ ਸਟੋਰ ਨੂੰ ਸੈਟਅਪ ਕੀਤਾ ਜਾਂ ਉਸ ਤੋਂ ਵੀ ਪਹਿਲਾਂ ਤੁਹਾਡਾ ਜਿਹੜੇ ਸਟੋਰ, ਮੈਂ ਹੁਣ ਨਾਂ ਨਹੀਂ ਲੈਣਾ ਚਾਹਾਂਗਾ, ਜਿਨ੍ਹਾਂ ਨੂੰ ਤੁਸੀਂ ਸੈਟਅਪ ਕੀਤਾ, ਉਹਨਾਂ ਦਾ ਤਜ਼ਰਬਾ ਜਿਹੜਾ ਉਹ ਇਸ ਸਟੋਰ ਦੀ ਖੂਬਸੂਰਤੀ ਅਤੇ ਖਾਸੀਅਤ ਆਪਣੇ ਮੂੰਹੋਂ ਬਿਆਨ ਦਾ ਹੈ। ਥੈਂਕ ਯੂ ਰਿਆਜ਼ ਜੀ। ਇਸ ਵੇਲੇ ਦੋਸਤੋ ਸਾਡੇ ਨਾਲ ਖੜ੍ਹੇ ਨੇ ਬਕਾਇਦਾ ਤੌਰ ਦੇ ਉੱਤੇ ਮਿਸਟਰ ਜਾਨ ਐਂਡ ਮਿਸਿਸ ਸ਼ੈਰਨ, ਜਿਹੜੇ ਕਿ ਕੀ ਫੂਡ ਦੇ ਹੈੱਡ ਨੇ। ਅਸੀਂ ਉਹਨਾਂ ਨੂੰ ਕੁਛ ਕੁਐਸਚਨ ਕਰਾਂਗੇ ਔਰ ਤੁਸੀਂ ਉਹਨਾਂ ਦੇ ਜਵਾਬ ਜ਼ਰੂਰ ਸੁਣਨਾ। ਮਿਸਟਰ ਜਾਨਸ, ਫਸਟ ਵੈਲਕਮ, ਸ਼ੈਰਨ ਵੈਲਕਮ ਇਨ ਹਿਕਸਵਿਲ, ਐਂਡ ਸਪੈਸ਼ਲ ਥੈਂਕਸ ਟੂ ਮਿਸਟਰ ਟੋਨੀ, ਹੀ ਬ੍ਰਿੰਗ ਹੀਅਰ ਇਨ ਦਿਸ ਟਾਊਨ ਇਜ਼ ਵੈਰੀ ਬਿਊਟੀਫੁਲ ਐਂਡ ਕਲੀਨ ਸਟੋਰ। ਸੋ ਵਟ ਯੂ ਵਾਂਟ ਸੇ ਅਬਾਊਟ ਦਿਸ ਏਰੀਆ ਐਂਡ ਵਟਸ ਯੂਰ ਐਕਸਪੀਰੀਅੰਸ ਵਿਦ ਮਿਸਟਰ ਅਮਰਦੀਪ ਸਿੰਘ? ਆਈ ਥਿੰਕ ਸੋ ਵੈਰੀ less Punjabi or Indian in key food business, because then Punjabi open the store, they open only the Indian Punjabi grocery, but this is the beautiful grocery store and it's look very clean, nice, and I think so manufacturing is different kind. What do you want to say, sir? Well, I think Tony's done a beautiful job. He's invested a lot of money into this store. He's remodeled the whole entire store. I believe it was a food town previously, and from what I understand, it was very run down and very poorly run, and we're excited. Tony has done a great job in the other stores with us, and we think he's going to do a great job here in Hicksville.
So what kind services and what kind of stuff provide in provide from the key food to this store and other store? Which one is Tony make is something different, and or is the all similar key food store? Well, I think the key food as a whole is we change according to the neighborhood. So we want to market to the neighborhood's needs. Most of the center store is grocery. Anyone, you could basically get that anywhere. But when you look in the perishables and you look at produce and the meat and everything, you'll see Tony marketing to his consumer base. Sharon, what's your feeling and what is your opinion about this kind of key food store? Because I saw the many key food store, but I never saw that this standard key food store, because I saw it in Astoria, I saw in other places in Richmond Hillside, you know, Ozen Park, but I never seen like this much big key food store and this much clean, nice, and special designing. What's your opinion? As John had said before, Key Food markets to the neighborhood. Our stores are individually owned and operated, so each operator gets into their community and markets exactly what's needed there. So in this store, he's got a range of products, fresh seafood, fresh deli, fresh meat. In other Key Foods, we might not have that vast array of products in some of the smaller stores. ਜਿੱਥੇ ਅੱਜ ਦੇ ਖੂਬਸੂਰਤ ਮੌਕੇ ਦੇ ਉੱਤੇ ਮੈਂ ਸਮਝਾਂਗਾ ਇਲੈਕਟਡ ਅਤੇ ਸਿਲੈਕਟਡ ਅਫੀਸ਼ੀਅਲ ਪਹੁੰਚੇ ਨੇ, ਉੱਥੇ ਖਾਸ ਤੌਰ ਦੇ ਉੱਤੇ ਇਸ ਨਵੇਂ ਯੁੱਗ ਦੇ ਢੰਗ ਦੇ ਨਾਲ ਤਿਆਰ ਕੀਤੇ ਹੋਏ ਇਸ ਸਟੋਰ, ਜਿਸ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਇਸ ਦੇ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਇੱਕ ਤਾਜ਼ਗੀ ਦਾ ਜਿਹੜਾ ਹੈ ਉਹ ਅਹਿਸਾਸ ਹੁੰਦਾ, ਔਰ ਉਸ ਤਾਜ਼ਗੀ ਦੇ ਵਿੱਚੋਂ ਬਹੁਤ ਕੁਛ ਦੇਖਣ ਨੂੰ ਮਿਲਿਆ, ਜਿੱਥੇ ਮੈਂ ਸਮਝਾਂਗਾ ਕਿ ਇਸ ਕਾਉਂਟੀ ਦੇ ਸੁਪਰਵਾਈਜ਼ਰ ਨੇ ਇਸ ਗੱਲ ਦੇ ਉੱਤੇ ਖੁਸ਼ੀ ਪ੍ਰਗਟਾਈ ਉਦਘਾਟਨ ਦੇ ਮੌਕੇ ਦੇ ਉੱਤੇ, ਰਿਬਨ ਓਪਨ ਕਟਿੰਗ ਦੇ ਮੌਕੇ ਦੇ ਉੱਤੇ, ਕਿ 52 ਕਾਮਿਆਂ ਨੂੰ ਨਵਾਂ ਰੁਜ਼ਗਾਰ ਇਸ ਟਾਊਨ ਦੇ ਵਿੱਚ ਮਿਲਿਆ। Town of Boys to Bay Supervisor Joe Saladino, and we're here at Food Universe, actually at their grand opening, and that's a brand new amazing supermarket on Broadway in Hicksville. I'm here with Nassau legislator Rose Walker, a resident of Hicksville, and we're all very excited about this. Why? Because this store is a banner store for Key Food. Food Universe has it all, a tremendous variety. They've got great prices and they've got the highest quality, but it's one-stop shopping. So when the Indian community is looking for that store to get all the traditional favorites that you want to serve to your family, to your friends, make your parents and grandparents so proud that you're keeping every dish that's important to your family and important to culture. But that's not all. They also have something from every walk of life. So it's a full spectrum of foods for everyone to shop, but especially if you are Indian and South Asian culture, there's all the foods you look for, as well as everything to stock your shelves, fill your refrigerator, and make your cupboard sing right here at Food Universe. Rose, you've been shopping here in Hicksville. Isn't this the greatest? Supervisor, it is an absolutely beautiful store, and the residents in the neighborhood have been so anxious for the store to open. Now here it is. Just take a look around. It is absolutely beautiful. Every aspect of it, everything they offer here, all the food looks so absolutely delicious. And as the supervisor said, there's something here for everyone. Whether you're having a special dinner, no matter who you're inviting to that dinner, you can make sure that you have food for everybody there. So great, we're so excited to have you here, and we're so excited. The residents are super, super excited. They've been counting the days for this grand opening. So God bless you. We wish you all the best. Thank you. And before we close, we want to touch base with Tony. Tony is the owner here. He's worked with Key Food. This is one of their banner stores, which means it's very special to Key Food to have Food Universe as its banner store. And that means highest quality, specialty foods, a wide variety, great prices, and you're providing jobs in Hicksville and the town of Oyster Bay for our residents as we build our economy. Our economy is just going up and up and up, and it's your leadership that helps to build that economy. You told us that 51 jobs right here in this one spot. So
How does it feel for people who come to work here, come to shop here? What are they saying? I know they're saying thank you to you, because that's what we're saying, thank you, Tony. But what are you hearing from people who walk through these doors? Yes, Tony? Welcome, everybody, and thank you for coming and supporting us for our grand opening of our Food Universe Marketplace. This is an American supermarket here, and we're going to cater all the communities here. We have a food for all the communities, but we guys were missing an American market on this whole Hicksville area. So the Key Food, this is the Key Food 280th store probably, which is opening up today, and we're going to cater all the communities. Thank you. And Tony, we couldn't say it better. You're a terrific manager, you're a terrific business owner. You're opening your doors to this store as we're opening our doors for everyone. Come to Hicksville, shop here, work here, live here. Enjoy the great experience. Enjoy the leadership of Rose Walker. She's our great friend. She lives right here, and you'll see her shopping, and you'll see me shopping here too. It's got everything you want, and it is such an important part of the economy of our community, and it's such an important part of bringing smiles to our community. So thank you, Tony, thank you all of you, and make sure you get here to Food Universe right here on Broadway in Hicksville. We're having a great time, and we're gonna start by cutting the ribbon, and everyone's gonna enjoy one of the finest places to shop anywhere on Long Island. It's the Food Universe 2, 1, ਉੱਥੇ ਮੈਂ ਸਮਝਾਂਗਾ ਕਿ ਇਸ ਹਲਕੇ ਦੀ ਰਾਜਨੀਤਿਕ ਪ੍ਰਤੀਨਿਧਤਾ ਜਿਹੜੇ ਅਸੈਂਬਲੀ ਦੇ ਵਿੱਚ ਕਰਦੇ ਮਿਸਿਜ਼ ਰੋਜ਼ਾ ਉਹ ਵੀ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰ ਸਨ ਔਰ ਖਾਸ ਤੌਰ ਦੇ ਉੱਤੇ ਜਿਹੜੀ ਕੀ ਫੂਡ ਚੇਨ ਦੇ ਬਹੁਤ ਹੀ ਉੱਚ ਅਧਿਕਾਰੀ ਆਲਾ ਅਧਿਕਾਰੀ ਜਿਹੜੇ ਕਿ ਉੱਥੇ ਦੇ ਹੈੱਡ ਨੇ ਮਿਸਟਰ ਜਾਨ ਐਂਡ ਮਿਸਿਜ਼ ਸ਼ੈਰਨ ਉਹ ਵੀ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚੇ ਜਿੱਥੇ ਸਮੁੱਚਾ ਮੀਡੀਆ ਪਹੁੰਚਿਆ ਹੋਇਆ ਉੱਥੇ ਮੈਂ ਸਮਝਾਂਗਾ ਕਿ ਇਸ ਸਟੋਰ ਨੂੰ ਦੁਆਵਾਂ ਦੇਣ ਵਾਸਤੇ ਟੋਨੀ ਜੀ ਹੋਰਾਂ ਦੇ ਖੈਰ ਖਵਾਹ ਵੀ ਇੱਥੇ ਪਹੁੰਚੇ ਨੇ ਸੋ ਅਸੀਂ ਅੱਜ ਇਸ ਪ੍ਰੋਗਰਾਮ ਦੀ ਸਮਾਪਤੀ ਇੱਥੇ ਕਰਦੇ ਹਾਂ ਕਿ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਟੋਨੀ ਜੀ ਦੇ ਇਸ ਬਿਜ਼ਨਸ ਨੂੰ ਮੁਬਾਰਕਬਾਦ ਦਿੰਦੇ ਹਾਂ ਸੋ ਇਜਾਜ਼ਤ ਦਿਓ ਰੱਬ ਰਾਖਾ ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।